ਸਤਿ ਸ਼੍ਰੀ ਅਕਾਲ ਜੀ ਕੱਲ ਦੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਨਾਹਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸੀ ਔਰ ਹੁਣ ਅਸੀਂ ਨਾਹਨ ਦੇ ਗੁਰਦੁਆਰਾ ਸਾਹਿਬ ਤੋਂ ਨਿਕਲ ਪਏ ਹਾਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੇ ਲਈ ਔਰ ਇਹ ਤੁਸੀਂ ਲੈਫਟ ਸਾਈਡ ਤੇ ਦੇਖ ਰਹੇ ਹੋ ਬੜਾ ਹੀ ਪਿਆਰਾ ਜਿਹਾ ਹਿੱਲੀ ਵਿਊ ਜੋ ਨਾਹਨ ਦਾ ਗੁਰਦੁਆਰਾ ਸਾਹਿਬ ਹੈ ਬਹੁਤ ਹੀ ਜ਼ਿਆਦਾ ਉੱਚੀ ਪਹਾੜੀ ਦੇ ਉੱਤੇ ਸਥਿਤ ਹੈ ਔਰ ਇੱਥੋਂ ਪਾਉਂਟਾ ਸਾਹਿਬ 56 ਕਿਲੋਮੀਟਰ ਹੈ ਗੁਰੂ ਜੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ਉੱਤੇ ਇੱਥੇ ਆਏ ਸਨ ਔਰ ਗੁਰੂ ਜੀ ਦੇ ਸਵਾਗਤ ਦੇ ਲਈ ਰਾਜੇ ਨੇ ਆਪਣੇ ਮਹਿਲ ਦੀ ਸੁਰੱਖਿਆ ਛੱਡ ਦਿੱਤੀ ਸੀ ਤਾਂ ਕਿ ਗੁਰੂ ਜੀ ਆਪਣੇ ਪਰਿਵਾਰ ਔਰ ਸੰਗਤਾਂ ਸਮੇਤ ਆਰਾਮ ਨਾਲ ਉੱਥੇ ਰਹਿ ਸਕਣ ਔਰ ਇਹ ਅਸੀਂ ਨਾਹਨ ਤੋਂ ਬਾਹਰ ਨਿਕਲ ਗਏ ਹਾਂ ਜੋ ਰਾਈਟ ਸਾਈਡ ਰੋਡ ਚਲੀ ਗਈ ਹੈ ਉਸ ਸਾਈਡ ਤੋਂ ਅਸੀਂ ਕੱਲ੍ਹ ਆਏ ਸੀ ਔਰ ਇਸ ਪਾਸੇ ਅਸੀਂ ਜਾਵਾਂਗੇ ਸਿੱਧਾ ਪਾਉਂਟਾ ਸਾਹਿਬ ਇਤਿਹਾਸ ਦੇ ਅਨੁਸਾਰ ਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਰਾਜ ਦੇ ਵਿੱਚ ਪੱਕੇ ਤੌਰ 'ਤੇ ਰੁਕਣ ਦੇ ਲਈ ਇੱਕ ਥਾਂ ਚੁਣਨ ਲਈ ਕਿਹਾ ਔਰ ਸਾਰੇ ਰਾਜ ਦਾ ਦੌਰਾ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਯਮੁਨਾ ਦੇ ਨਾਲ ਲੱਗਦੇ ਤੱਟ ਉੱਤੇ ਰੁਕ ਗਿਆ ਜਿੱਥੇ ਗੁਰੂ ਜੀ ਨੇ ਪਾਉਂਟਾ ਸ਼ਹਿਰ ਵਸਾਇਆ ਜਿਸ ਦਾ ਨਾਮ ਪਾਉਣ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਪੈਰ ਕਿਉਂਕਿ ਗੁਰੂ ਜੀ ਦੇ ਘੋੜੇ ਨੇ ਇਸ ਜਗ੍ਹਾ 'ਤੇ ਪੈਰ ਟਿਕਾਇਆ ਸੀ ਔਰ ਪਾਉਂਟਾ ਸਾਹਿਬ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਔਰ ਇਸ ਰਸਤੇ 'ਤੇ ਜਾਂਦੇ ਹੋਏ ਤੁਹਾਨੂੰ ਅੱਧੇ ਤੋਂ ਜ਼ਿਆਦਾ ਰਸਤਾ ਪਹਾੜੀ ਮਿਲੇਗਾ ਜਿੱਥੇ ਤੁਸੀਂ ਦੇਖ ਰਹੇ ਹੋ ਕਾਫ਼ੀ ਪੁਰਾਣੇ ਵੱਡੇ ਵੱਡੇ ਸੰਘਣੇ ਪੇੜ ਹਨ ਔਰ ਗੁਰੂ ਜੀ 1685 ਤੋਂ 1699 ਤੱਕ 4 ਸਾਲ ਪਾਉਂਟਾ ਸਾਹਿਬ ਵਿਖੇ ਰੁਕੇ ਸਨ ਜਿੱਥੇ ਗੁਰੂ ਜੀ ਨੇ ਆਪਣੇ ਰਹਿਣ ਦੇ ਲਈ ਇੱਕ ਕਿਲ੍ਹਾ ਸਥਾਪਿਤ ਕੀਤਾ ਔਰ ਇੱਕ ਛਾਉਣੀ ਵੀ ਸਥਾਪਿਤ ਕੀਤੀ ਜਿੱਥੇ ਫੌਜ ਠਹਿਰਦੀ ਸੀ ਔਰ ਇਸ ਰੂਟ ਤੋਂ ਜਾਂਦੇ ਹੋਏ ਰਸਤੇ ਦੇ ਵਿੱਚ ਤੁਹਾਨੂੰ ਕੁਝ ਢਾਬੇ ਮਿਲ ਜਾਣਗੇ ਔਰ ਕੁਝ ਹੋਟਲ ਵੀ ਮਿਲ ਜਾਣਗੇ ਜਿਵੇਂ ਕਿ ਇਹ ਦੇਖੋ ਕਾਫ਼ੀ ਪਹਾੜੀ ਏਰੀਆ ਨਿਕਲਣ ਤੋਂ ਬਾਅਦ ਰਸਤੇ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਜਗ੍ਹਾ ਆਉਂਦੀ ਹੈ ਜਿਸ ਦਾ ਨਾਮ ਹੈ ਹੋਟਲ ਜੈ ਕਲਾਰਕਸ ਔਰ ਇੱਥੇ ਇਹਨਾਂ ਨੇ ਇੱਕ ਬਹੁਤ ਹੀ ਪਿਆਰੀ ਜਿਹੀ ਲੇਕ ਬਣਾਈ ਹੋਈ ਹੈ ਦੇਖੋ ਤੁਸੀਂ ਕਿੰਨਾ ਪਿਆਰਾ ਵਿਊ ਹੈ ਇੱਥੇ ਔਰ ਇੱਥੇ ਬੋਟਿੰਗ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਔਰ ਤੁਸੀਂ ਹੋਰ ਵੀ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਸਕਦੇ ਹੋ ਰਸਤੇ ਦੇ ਵਿੱਚ ਜਾਂਦੇ ਹੋਏ ਰੁਕਣ ਦੇ ਲਈ ਬਹੁਤ ਹੀ ਪਿਆਰੀ ਜਗ੍ਹਾ ਹੈ ਇਹ ਅਗਰ ਤੁਸੀਂ ਘੁੰਮਣ ਦੇ ਇੰਜੋਏ ਕਰਨ ਦੇ ਪਰਪਸ ਦੇ ਨਾਲ ਆਉਣਾ ਚਾਹੁੰਦੇ ਹੋ ਤਾਂ ਬਟ ਅਸੀਂ ਜਾਣਾ ਹੈ ਸਿੱਧਾ ਗੁਰਦੁਆਰਾ ਸਾਹਿਬ ਉੱਥੇ ਰੂਮ ਲੈਣਾ ਹੈ ਅਤੇ ਉੱਥੇ ਹੀ ਰੁਕਾਂਗੇ ਰਸਤਾ ਦਿਖਾਉਣ ਦਾ ਮੇਰਾ ਮਤਲਬ ਇਹੀ ਹੁੰਦਾ ਹੈ ਕਿ ਤੁਹਾਨੂੰ ਰੂਟ ਦੱਸਿਆ ਜਾ ਸਕੇ ਔਰ ਰਸਤੇ ਦੇ ਵਿੱਚ ਆਉਣ ਵਾਲੀਆਂ ਥਾਵਾਂ ਇੱਥੋਂ ਪਾਉਂਟਾ ਸਾਹਿਬ 18 ਕਿਲੋਮੀਟਰ ਰਹਿ ਗਿਆ ਹੈ ਔਰ ਇਹੀ ਰੋਡ ਅੱਗੇ ਯਮੁਨਾਨਗਰ ਦੇਹਰਾਦੂਨ ਮਸੂਰੀ ਵੱਲ ਚਲੀ ਜਾਂਦੀ ਹੈ ਤੋ ਆਓ ਜੀ ਹੁਣ ਅਸੀਂ ਫਟਾਫਟ ਪਹੁੰਚਦੇ ਹਾਂ ਪਾਉਂਟਾ ਸਾਹਿਬ ਔਰ ਇਹ ਅਸੀਂ ਪਹੁੰਚ ਗਏ ਹਾਂ ਜੀ ਪਾਉਂਟਾ ਸ਼ਹਿਰ ਵਿਖੇ ਸ਼ਹਿਰ ਦੀ ਐਂਟਰੀ ਤੋਂ ਬਸ 5 ਮਿੰਟ ਲੱਗਦੇ ਹਨ ਗੁਰਦੁਆਰਾ ਸਾਹਿਬ ਪਹੁੰਚਣ ਦੇ ਲਈ ਅਗਰ ਤੁਸੀਂ ਬਾਏ ਬੱਸ ਆਉਣਾ ਚਾਹੁੰਦੇ ਹੋ ਤਾਂ ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ 'ਤੇ ਇੱਥੋਂ ਦਾ ਬੱਸ ਸਟੈਂਡ ਹੈ ਜਿੱਥੇ ਚੰਡੀਗੜ੍ਹ ਤੋਂ ਪਾਉਂਟਾ ਸਾਹਿਬ ਦਾ ਨੋਰਮਲ ਬੱਸ ਦਾ ਕਿਰਾਇਆ ਹੈ 220 ਰੁਪਏ ਪਰ ਪਰਸਨ ਔਰ ਇਹ ਅਸੀਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਪਾਰਕਿੰਗ ਏਰੀਆ ਇੱਥੇ ਕਾਫ਼ੀ ਵੱਡਾ ਹੈ ਤੁਸੀਂ ਆਰਾਮ ਦੇ ਨਾਲ ਆਪਣੇ ਵਹੀਕਲਸ ਇੱਥੇ ਪਾਰਕ ਕਰ ਸਕਦੇ ਹੋ ਸਾਹਮਣੇ ਹੈ ਜੀ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੀ ਗੇਟ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੋਰ ਗੁਰਦੁਆਰੇ ਵੀ ਹਨ ਉਹਨਾਂ ਦੇ ਵੀ ਇੱਕ ਇੱਕ ਕਰਕੇ ਤੁਹਾਨੂੰ ਦਰਸ਼ਨ ਕਰਾਵਾਂਗੀ ਔਰ ਇਹ ਵੀ ਦੱਸਾਂਗੀ ਕਿ ਇੱਥੇ ਰੂਮ ਕਿਸ ਜਗ੍ਹਾ ਤੋਂ ਮਿਲਦਾ ਹੈ ਔਰ ਗੁਰਦੁਆਰਾ ਸਾਹਿਬ ਦੇ ਫਰੰਟ 'ਤੇ ਹੀ ਕਾਫ਼ੀ ਸਾਰੀਆਂ ਤੁਹਾਨੂੰ ਸ਼ੋਪਸ ਮਿਲ ਜਾਣਗੀਆਂ ਜਿਵੇਂ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਹੁੰਦੀਆਂ ਹਨ ਲਓ ਜੀ ਦਰਸ਼ਨ ਕਰੋ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਚੁੱਕੇ ਹਾਂ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ ਤੋਂ ਬਿਲਕੁਲ ਰਾਈਟ ਸਾਈਡ 'ਤੇ ਹਨ ਕਾਊਂਟਰ ਜਿੱਥੋਂ ਤੁਸੀਂ ਕੜਾਹ ਪ੍ਰਸ਼ਾਦ ਪਿੰਨੀ ਪ੍ਰਸ਼ਾਦ ਵਗੈਰਾ ਲੈ ਸਕਦੇ ਹੋ ਇਹ ਹੈ ਗੁਰਦੁਆਰਾ ਸਾਹਿਬ ਦੀ ਮੇਨ ਬਿਲਡਿੰਗ ਔਰ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਸਾਰੀਆਂ ਸਰਾਵਾਂ ਬਣੀਆਂ ਹੋਈਆਂ ਹਨ ਜਿੱਥੇ ਤੁਹਾਨੂੰ ਸਾਫ਼ ਸੁਥਰਾ ਰੂਮ ਆਰਾਮ ਨਾਲ ਮਿਲ ਜਾਂਦਾ ਹੈ ਇੱਥੋਂ ਸਾਹਮਣੇ ਹੈ ਜੋੜਾ ਘਰ ਔਰ ਰਾਈਟ ਸਾਈਡ 'ਤੇ ਹੈ ਗੁਰਦੁਆਰਾ ਸਾਹਿਬ ਦੀ ਮੇਨ ਬਿਲਡਿੰਗ ਲੇਕਿਨ ਹਜੇ ਇੱਥੇ ਕੁਝ ਕੰਮ ਚੱਲ ਰਿਹਾ ਹੈ ਇਸ ਲਈ ਇੱਥੇ ਪ੍ਰਕਾਸ਼ ਨਹੀਂ ਕੀਤਾ ਹੋਇਆ ਸਾਹਮਣੇ ਤੁਸੀਂ ਦੇਖ ਰਹੇ ਹੋ ਕਵੀ ਦਰਬਾਰ ਉੱਥੇ ਪ੍ਰਕਾਸ਼ ਕੀਤਾ ਹੋਇਆ ਹੈ ਗੁਰੂ ਜੀ ਹਰ ਪੂਰਨਮਾਸੀ ਦੀ ਰਾਤ ਨੂੰ ਪਾਉਂਟਾ ਸਾਹਿਬ ਵਿਖੇ ਕਵੀਆਂ ਦੀ ਇਕੱਤਰਤਾ ਦਾ ਪ੍ਰਬੰਧ ਕਰਦੇ ਸਨ ਜਿੱਥੇ ਕਈ ਭਾਸ਼ਾਵਾਂ ਦੇ ਕਵੀ ਸ਼ਾਮਿਲ ਹੁੰਦੇ ਸਨ ਔਰ ਸਮਾਗਮ ਚੱਲਦੇ ਸਨ ਜਿਸ ਨੂੰ ਕਵੀ ਦਰਬਾਰ ਕਿਹਾ ਜਾਂਦਾ ਸੀ ਗੁਰੂ ਜੀ ਨੇ 52 ਸਭ ਤੋਂ ਪ੍ਰਤਿਭਾਸ਼ਾਲੀ ਕਵੀਆਂ ਦੇ ਨਾਲ ਆਪਣਾ ਦਰਬਾਰ ਭਰਿਆ ਇੱਥੋਂ ਗੁਰੂ ਜੀ ਨੇ 5 ਸਿੱਖਾਂ ਨੂੰ ਸੰਸਕ੍ਰਿਤ ਸਿੱਖਣ ਦੇ ਲਈ ਕਾਸ਼ੀ ਵੀ ਭੇਜਿਆ ਔਰ ਇੱਥੇ ਗੁਰੂ ਜੀ ਨੇ ਕਈ ਧਾਰਮਿਕ ਰਚਨਾਵਾਂ ਦੇ ਨਾਲ ਨਾਲ ਜਾਪ ਸਾਹਿਬ ਤਪਰਸਾ ਸਵਈਏ ਔਰ ਚੰਡੀ ਦੀ ਵਾਰ ਦੀ ਰਚਨਾ ਵੀ ਕੀਤੀ ਔਰ ਇਸ ਪਾਸੇ ਤੁਸੀਂ ਦੇਖ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਕਲਮਾਂ ਅਤੇ ਸ਼ਸਤਰ ਗੁਰੂ ਜੀ ਇੱਥੇ ਆਪਣੇ ਸਿੱਖਾਂ ਨੂੰ ਯੁੱਧ ਦੀ ਸਿਖਲਾਈ ਵੀ ਦਿੰਦੇ ਸਨ ਔਰ ਗੁਰੂ ਜੀ ਨੇ ਪਾਉਂਟਾ ਸਾਹਿਬ ਨੂੰ ਵਧੀਆ ਬਣਾਉਣ ਦੇ ਲਈ ਬਹੁਤ ਸਾਰੇ ਕਦਮ ਚੁੱਕੇ
और ये सामने सेंटर दे विच तुसी देख रहे हो गुरु जी दियां कलमां जिन्हां नाल गुरु जी ने बहुत सारे साहित अते गुरबाणी की रचना की। और इस दे बिल्कुल नाल ही है इस पासे पिछे यमुना नदी का नज़ारा। कहा जाता है कि यह बहुत ही ज़्यादा शोर करती सी जिसनों गुरु जी ने शांत किया। बाहर वाली साइड तो भी मैं तुहानू इसका व्यू दिखाऊंदी हाँ। गुरुद्वारा साहिब के बाहर फ्रंट ते ही लग्या होया है कबी दरबार स्थान का इतिहास। तुसी चाहो तो वीडियो नू पॉज करके भी पढ़ सकते हो। यह पंजाबी हिंदी और इंग्लिश तीन लैंग्वेज दे विच है। और कबी दरबार स्थान तो बिल्कुल नाल ही अगे वाली साइड है दो होर गुरुद्वारा साहिब। आओ तुहानू उन्हां दे भी दर्शन करवाउंदी हाँ। गुरु जी के वड्डे साहिबजादे बाबा अजीत सिंह जी का जन्म भी इसे स्थान पर होया सी। और ये तुसी सामने देख रहे हो गुरुद्वारा शीश महल साहिब जो कि चारे पासे तो शीशे का बनाया होया है। और गुरुद्वारा साहिब के अंदर होने वाले किसी भी प्रोग्राम के लिए इस जगह नू वरत्या जाता है जिवें कि इस समय किसी के इत्थे आनंद कारज होने हैं इसलिए इस समय इत्थे बहुत ज़्यादा रश है। और इस दे बिल्कुल नाल ही सामने है गुरुद्वारा दस्तार स्थान साहिब जिथे गुरु जी बैठ के अपनी दस्तार सजाया करते सन। और हजे भी इत्थे दस्तार सजाने के मुकाबले करवाए जाते हैं। सुंदर दस्तारा सजाने वालियां नू गुरु जी इनाम वंडिया करते सन। इस स्थान पर गुरु जी केसा विच कंघा कर रहे सन तो पीर बुद्धू शाह जी गुरु जी तो वापस जाने की आग्ञा लेने लई आए। ता गुरु जी ने पीर जी की सेवा तो प्रसन्न होकर कहा जो मंगना है मंगो। पीर जी ने कहा जे प्रसन्न हो केसा विच कंघा कर रहे हो तो केसा समेत मैनू दिओ। गुरु जी ने अपनी अद्धी दस्तार केसा समेत कंघा पीर जी नू सिरपाओ दे तौर ते दिता। और गुरुद्वारा साहिब दे बाहर ये तुसी देख रहे हो यमुना का नज़ारा जो कि अज भी शांत होकर अपनी ड्यूटी निभा रही है। इस जगह पर यमुना बिल्कुल शांत है लेकिन अगर तुसी गुरुद्वारा साहिब तो होर पासे जाके देखोगे तो तुहानू इसका पूरा शोर मिलेगा। और गुरुद्वारा साहिब के बिल्कुल नाल ही इस पासे बनिया होया है गोबिंद घाट जिथों संगत नीचे घाट तक जा सकती है लेकिन फिलहाल इस समय यह बंद है। इस दे बिल्कुल बैकसाइड पर इस पासे बनिया होया है लंगर हॉल। आओ हुण तुहानूं गुरुद्वारा साहिब की मेन बिल्डिंग के भी अंदर तो दर्शन करवा दईए। ये देखो जी इत्थे पेंट का काम चल रहा है इसलिए प्रकाश इत्थे इस समय नहीं किया गया। विसाखी के समय इत्थे काफ़ी भारी समागम सजना है इसलिए उस दीयां तैयारियां चल रही हैं। और ये तुसी देख रहे हो जोड़ा घर। इस जोड़ा घर के बिल्कुल नाल ही इत्थे राइट साइड पर है यह रूम। इत्थों तुसी रूम बुक करवा सकते हो। एसी रूम के एक दिन के चार्जेस हैं 1000 रुपीज़ जो कि फैमिली रूम है जिस दे विच तुहानू दो डबल बैड एक सिंगल बैड और एक मंजा भी दिता जाता है। और दोपहर के 1 बजे तो तुहानू रूम इशू हुंदा है जो कि अगले दिन सवेरे 11 बजे तक तुहानू खाली करना पैंदा है। लेट हो जाने ते तुहानू अगले दिन के चार्जेस भी देने पैणगे। और गुरुद्वारा साहिब के बिल्कुल नाल ही इस पासे बनिया हुई हैं ये सरावां जिथे तुसी रूम लेके रह सकते हो। और गुरुद्वारा साहिब के अंदर ही एक होर गुरुद्वारा साहिब बनिया होया है जिसका नाम है कालपी ऋषि स्थान। कालप ऋषि जी सिरमौर खेत्र के पिंड कालसी विखे रहिंदे सन जो गुरु नानक देव जी के घर के प्रेमी सन। और उन्होंने गुरु नानक देव जी के दर्शन किए हुए सन और इच्छा प्रगट की सी कि मैं गुरु नानक देव जी के 10वें जामे के विच दर्शन करने चाहुंदा हाँ। जदों गुरु गोबिंद सिंह जी पौंटा साहिब आके टिके तो उन्होंने अपने सिंघां नू पिंड कालसी विखे भेजिया जो ऋषि जी नू पालकी साहिब विच बिठा के इस स्थान ते ले आए। और गुरु गोबिंद सिंह जी दे दर्शन करन तो बाद इसे स्थान ते ऋषि जी अकाल चलाना कर गए। उन्हां दा संस्कार गुरु जी ने अपने हत्थी करवाया ते यादगार वजों एक थड़ा बनवा दिता जिथे इस समय यह कालप ऋषि स्थान मौजूद है। यह सी गुरुद्वारा पौंटा साहिब दे अंदर बने हुए गुरुद्वारे और उन्हां दा इतिहास। कल दे ब्लॉग दे विच मिलदे हाँ पौंटा साहिब दे अंदर बने होर धार्मिक इतिहासिक स्थान दे नाल। सत श्री अकाल जी।